ਦੇਖੋ ਪੰਜਾਬ ਦੀਆਂ ਸਮੱਸਿਆਵਾਂ ਤਾਂ ਬਹੁਤ ਹੀ ਵੱਡੀਆਂ ਨੇ ਲੇਕਿਨ ਆਪਣੇ ਹਲਕੇ ਦੀਆਂ ਸਮੱਸਿਆਵਾਂ ਮੈਨੂੰ ਤਾਂ ਲੱਗਦਾ ਪੰਜਾਬ ਨਾਲੋਂ ਵੀ ਵੱਡੀਆਂ ਨੇ ਆਪਣੇ ਇੱਥੇ ਪਿਛਲੇ ਚਾਰ ਸਾਲ ਤੋਂ 2012 ਤੋਂ ਲੈ ਕੇ 2016 ਤੱਕ ਦੋ ਅਕਾਲੀ ਲੀਡਰ ਮੌਜੂਦ ਸੀਗੇ ਜਿਨ੍ਹਾਂ ਨੂੰ ਬਹੁਤ ਸਾਰੀਆਂ ਵੋਟਾਂ ਪਈਆਂ ਸੀਗੀਆਂ ਇੰਨੇ ਤਕੜੇ ਅਕਾਲੀ ਲੀਡਰ ਸੀਗੇ ਕਿ ਇਹਨਾਂ ਨੇ ਰਲ ਕੇ ਇਸ ਹਲਕੇ ਦਾ ਪੱਠਾ ਹੀ ਬਿਠਾ ਦਿੱਤਾ ਇਹਨਾਂ ਦੀ ਸੋਚ ਹੀ ਨਹੀਂ ਸੀਗੀ ਕੰਮ ਕਰਨ ਦੀ ਇਹਨਾਂ ਦੀ ਨੀਅਤ ਹੀ ਨਹੀਂ ਸੀਗੀ ਕੰਮ ਕਰਨ ਦੀ ਇਹਨਾਂ ਦੇ ਮਨ ਚ ਮੈਲ ਸੀਗੀ ਹਮੇਸ਼ਾ ਤੋਂ ਇਹਨਾਂ ਨੇ ਸਿਰਫ ਇੱਥੇ ਪੈਸਾ ਕਮਾਉਣ ਦੀ ਹੋੜ ਮਚਾ ਰੱਖੀ ਸੀ ਵੀ ਤੂੰ ਵੱਧ ਕਮਾਉਣਾ ਕਿ ਮੈਂ ਵੱਧ ਕਮਾਉਣਾ ਮੈਂ ਆਪਣੇ ਕੋਲੋਂ ਕੋਈ ਗੱਲ ਨਹੀਂ ਕਰੂੰਗਾ ਮੈਂ ਉਹ ਗੱਲ ਕਰੂੰਗਾ ਜਿਹੜੀ ਕਿ ਅਕਾਲੀਆਂ ਨੇ ਆਪਣੇ ਨਾਲ ਵਾਅਦੇ ਕੀਤੇ ਸੀਗੇ ਝੂਠ ਬੋਲਦੇ ਸੀਗੇ ਝੂਠ ਦੀਆਂ ਪੰਡਾਂ ਬੰਨੀਆਂ ਸੀਗੀਆਂ ਮੈਂ ਉਹ ਖੋਲਣ ਲਈ ਖੜਾ ਇਹਨਾਂ ਨੇ ਅਕਾਲੀਆਂ ਨੇ 2012 ਦੇ ਵਿੱਚ ਕਿਹਾ ਸੀਗਾ ਕਿ ਹਰ ਸਾਲ 2 ਲੱਖ ਨੌਕਰੀ ਤੁਹਾਨੂੰ ਦਵਾਈ ਜਾਊ ਤੇ 10 ਲੱਖ ਪ੍ਰਾਈਵੇਟ ਨੌਕਰੀ ਦਾ ਅਸੀਂ ਇੰਤਜ਼ਾਮ ਕਰਵਾਵਾਂਗੇ ਇੰਡਸਟਰੀ ਲਿਆਵਾਂਗੇ ਬਿਜ਼ਨਸ ਖੜੇ ਕਰਾਂਗੇ ਵਪਾਰ ਬਣਾਵਾਂਗੇ ਵਪਾਰ ਨੂੰ ਤਕੜਾ ਕਰਾਂਗੇ ਤਾਂ ਕਿ ਇਹ ਨੌਜਵਾਨ ਵੀਰਾਂ ਨੂੰ ਨੌਕਰੀ ਮਿਲ ਸਕੇ ਤੇ ਇਹਨਾਂ ਦੀ ਜਿਹੜਾ ਅੰਕੜਾ ਹੈਗਾ ਸਰਕਾਰੀ ਅੰਕੜਾ ਉਹ ਇਹ ਕਹਿੰਦਾ ਵੀ ਤਕਰੀਬਨ 18-19 ਹਜ਼ਾਰ ਫੈਕਟਰੀ ਪੰਜਾਬ 'ਚ ਬੰਦ ਹੋ ਚੁੱਕੀ ਹੈ ਪਿਛਲੇ 4 ਸਾਲਾਂ ਤੱਕ ਇਹਨਾਂ ਨੇ ਮੈਨੀਫੈਸਟੋ ਦੇ ਵਿੱਚ ਕਿਹਾ ਸੀਗਾ ਕਿ ਜਿਹੜੇ 11ਵੀਂ ਔਰ 12ਵੀਂ ਦੇ ਬੱਚੇ ਪੜ੍ਹੇ ਹੋਏ ਨੇ 11ਵੀਂ ਕਲਾਸ ਔਰ 12ਵੀਂ ਕਲਾਸ ਦੇ ਬੱਚੇ ਨੇ ਇਹਨਾਂ ਨੂੰ ਫ੍ਰੀ ਲੈਪਟਾਪ ਫ੍ਰੀ ਕੰਪਿਊਟਰ ਵਿਦ ਡਾਟਾ ਜਿਹੜਾ ਉਹ ਡਾਟਾ ਹੁੰਦਾ ਉਹ ਵੀ ਨਾਲ ਦੇਵਾਂਗੇ ਫ੍ਰੀ ਮਿਲਿਆ ਤੁਹਾਨੂੰ ਕਿਸੇ ਨੂੰ ਇੱਕ ਝੂਠ ਹੋ ਗਿਆ ਦੂਸਰਾ ਝੂਠ ਇਹਨਾਂ ਨੇ ਕਿਹਾ ਸੀਗਾ ਕਿ 1000 ਰੁਪਈਆ ਬੇਰੁਜ਼ਗਾਰੀ ਭੱਤਾ ਦੇਵਾਂਗੇ ਇਹਨਾਂ ਨੂੰ ਪਤਾ ਸੀ ਵੀ ਅਸੀਂ ਰੁਜ਼ਗਾਰ ਤਾਂ ਦਵਾ ਨਹੀਂ ਸਕਦੇ ਝੂਠ ਬੋਲ ਰਹੇ ਹਾਂ ਉਹਦੇ ਝੂਠ ਦੇ ਉੱਤੇ ਇੱਕ ਨਵਾਂ ਝੂਠ ਬੋਲਿਆ ਕਿ ਬੇਰੁਜ਼ਗਾਰੀ ਭੱਤਾ ਦੇਵਾਂਗੇ 1000 ਰੁਪਏ ਮਹੀਨਾ ਇਹਨਾਂ ਦੇ ਨੌਜਵਾਨਾਂ ਦੇ ਬਾਰੇ ਔਰ ਬਾਕੀ ਮੈਨੀਫੈਸਟੋ ਦੇ ਬਾਰੇ ਬਹੁਤ ਝੂਠ ਹੋਏ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਕਰਨੀ ਗੁਜ਼ਾਰਿਸ਼ ਕਰਨੀ ਹੈ ਕਿ ਇਹਨਾਂ ਦੇ ਝੂਠਾਂ ਦੇ ਵਿੱਚ ਆਪਾਂ ਅੱਗੇ ਨੂੰ ਨਹੀਂ ਫਸਣਾ ਅੱਗੇ ਨੂੰ ਆਪਾਂ ਇਹਨਾਂ ਦੇ ਝੂਠਾਂ 'ਚ ਨਹੀਂ ਆਉਣਾ